ਕਿੰਨੇ ਪਾਏ ਮੇਰੇ 200 ਹੋ ਭਰਾਵਾ 200 ਤੇਰੇ ਹੀ 300 ਮੇਰੇ ਹੀ ਲੈ ਭਲੇ ਕਿੰਨਾ ਪੁੱਠੇ ਪੈ ਗਏ ਜਦੋਂ ਇਹਨੇ ਆਪਣੇ ਵੱਧ ਪਾਉਣੇ ਦੇ ਉਦੋਂ ਬਿਲਕੁਲ ਸਹੀ ਜਾਂਦੇ ਨੇ ਸਾਡੇ ਵਾਰੀ ਪੁੱਠੇ ਕਰ ਦਿੰਦਾ ਏ ਯਾਰ ਮੈਂ ਜੇਬ 'ਚ ਪਾ ਲਿਆ ਘਰਦਿਆਂ ਨੂੰ ਪਾਇਆ ਨਾ ਤੇਰੇ ਘਰਦਿਆਂ ਦਾ ਮੇਰੇ ਘਰਦਿਆਂ ਦਾ ਫਰਕ ਹੈ ਕੋਈ ਯਾਰ ਮਾਰਕੀਟ ਚੋਂ ਹੀ ਬੰਦ ਹੋ ਗਿਆ ਮੂੰਹ ਤਾਂ ਬਣਾ ਕੇ ਰੱਬ ਨੇ ਮੂੰਹ ਨਹੀਂ ਲਾਇਆ ਚਾਚਾ ਦੁਨੀਆ ਸਭ ਤੋਂ ਪਹਿਲਾਂ ਤੇਰਾ ਮੂੰਹ ਵੇਖ ਕੇ ਕਿਸੇ ਨੇ ਕਿਹਾ ਸੀ ਕੀ ਫਿੱਟੇ ਮੂੰਹ ਕੰਮ ਦੱਸੋ ਕੀ ਏ ਪੱਕੇ ਹੋਣਾ ਜੀ ਕਿੰਨਾ ਕੁ ਪੱਕਾ ਹੋਣਾ ਤੂੰ ਮੈਨੂੰ ਦੱਸ ਦੇ ਮੈਂ ਮਿਸਤਰੀ ਬੁਲਾ ਕੇ 4 ਦੀਵਾਰੀ ਕਰਾ ਦਿਆਂ ਤੇਰੀ ਕਿੰਨਾ ਕੁ ਪੱਕਾ ਹੋਣਾ ਪੱਕਾ ਕਰਾ ਦੇ ਯਾਰ ਹੁਣ ਕਿੰਨਾ ਕੇ ਚਿਰ ਲਾਉਣਾ ਦੇਖੂ ਅਜੇ ਸਾਲ ਦੋ ਸਾਲ ਤੇਰੇ ਰੰਗ ਢੰਗ ਮੈਂ ਕਿਹੜਾ ਵਿੰਟਰ 'ਚ ਪੀਲੇ ਪੈ ਕੇ ਚੜ ਜਾਣਾ ਆਹੀ ਰੰਗ ਰਹਿਣਾ ਜਿਹੜਾ 6 ਮਹੀਨੇ ਤੋਂ ਵੇਖ ਰਹੀ ਮੇਰੇ ਦਿਓਰ ਦੇ ਮੁੰਡੇ ਨੇ ਯੂਕੇ ਆਉਣਾ ਤੁਸੀਂ ਮੈਨੂੰ 2-3 ਦਿਨ ਪਹਿਲਾਂ ਦੱਸ ਦਿਓ ਮੈਂ ਛੁੱਟੀ ਲੈ ਕੇ ਨਾ ਉਹਨੂੰ ਪਿੱਕ ਕਰਿਆ ਹੂੰ ਏਅਰਪੋਰਟ ਤੋਂ ਯਾਰ ਤੁਹਾਡੇ ਇੰਗਲੈਂਡ 'ਚ ਠੰਡ ਬਹੁਤ ਆ ਅਜੇ ਤਾਂ ਪਈ ਨਹੀਂ ਠੰਡ ਮੇਰੇ ਤਾਂ ਪੈ ਗਈ ਅੱਜ ਤੋਂ ਤੁਹਾਨੂੰ ਕਿਰਾਇਆ ਦੇਣਾ ਪੈਗਾ ਚੱਲ ਹੁਣ ਚੱਲੀਏ ਸ਼ਿਫਟ ਲਾਉਣ ਨੂੰ ਦੱਸ ਮੈਂ ਨਿੱਕੀ ਸਾਲੀ ਦੇ ਮੂੰਹ ਵਾਲਿਆ ਕਿੰਨਾ ਚਿਰ ਹੋ ਗਿਆ ਤੈਨੂੰ 2 ਮਹੀਨੇ ਤੂੰ ਹੱਥ ਥੱਲੇ ਕਰ ਤੇਰੀ ਧੁੰਨੀ ਡਿੱਗ ਪੈਂਦੀ ਹੈ ਤੇ ਤੂੰ ਵੇ ਲੰਮੇ ਵਾਲਾ ਲਿਆ ਉਹ ਮੈਂ ਤੇ ਜੀ ਆ ਤੁਹਾਡੇ ਅੱਗੇ ਅੱਗੇ ਹੀ ਆਇਆ ਜੇ ਹੁਣ ਮਸਾ ਤੇਰੀ ਫਾਈਲ ਅੱਗੇ ਲੱਗੀ ਆ ਨਾਲ ਹੀ ਤੇਰੇ ਕੋਲ ਪੈਸੇ ਮੁੱਕ ਗਏ ਆ ਵਕੀਲ ਸਾਹਿਬ ਤੁਹਾਡੇ ਤੇ ਆ ਕੁਝ ਤੇ ਕਰੋ ਮੈਂ ਇਹ ਕਰ ਸਕਦਾ ਜੇ ਇਸ ਵਾਰੀ ਵੀ ਕਿਰਾਇਆ ਨਹੀਂ ਦੇਣਾ ਤੇ ਚੁੱਕੋ ਆਪਣਾ ਸਮਾਨ ਉਹ ਘੱਟੋ ਘੱਟ ਮੈਂ ਤੇ ਇਸ ਕਮਰੇ 'ਚ ਖੁੱਲਾ ਡੁੱਲਾ ਸੌਵਾਂ ਚੌਧਰੀ ਜਿੱਡਾ ਕਿ ਤੂੰ ਹੈਗਾ ਤੂੰ ਖੁੱਡੇ 'ਚ ਵੀ ਬਿਸਤਰਾ ਲਾ ਲਿਆ ਤੇ ਖੁੱਲਾ ਹੀ ਸੌਣਾ ਪਾਸਾ ਨਹੀਂ ਮੈਂ ਲੈਣਾ ਕਿਤੇ ਤੇਰਾ ਪਾਸਾ ਕਿੰਨਾ ਕੁ ਲੈਣਾ ਜਿਹ ਮਰਜ਼ੀ ਯਾਰ ਕਮੀਆਂ ਕੱਢ ਦੋ ਮੇਰੇ ਪਿੱਛੇ ਕੁੜੀ ਬੈਠੀ ਹੈ ਨਾ ਸੋਹਣੀ ਜੀ ਇਹ ਝੁਣੇ 20 ਗਲਤੀਆਂ ਕੱਢਦਾ ਮੁੰਡਾ ਉਹ ਹੈ ਮੰਮੀ ਸਤਿ ਸ੍ਰੀ ਅਕਾਲ ਪੈਰੀ ਪੈਣਾ ਕੀ ਹਾਲ ਚਾਲ ਜੇ ਦੀਵਾਲੀ ਮਨਾ ਰਹੇ ਮੇਰੇ ਸ਼ੇਰ ਪੁੱਤ ਹਾਂਜੀ ਮੰਮੀ ਮੈਂ ਇੱਥੇ ਓ ਜਿੰਦਰ ਆ ਵੇਖੀ ਬੱਚਾ ਹੱਥ 'ਚ ਬੰਬਣਾ ਚਲਾ ਲੇ ਇੱਥੇ ਰੌਲਾ ਬੜਾ ਪਈ ਜਾਂਦਾ ਮੈਂ ਬਾਅਦ 'ਚੋਂ ਫੋਨ ਕਰਾਂ ਯਾਰ ਲੈਣ ਦੇਣ ਵਾਲੇ ਸਾਰੇ ਦੇ ਕੇ ਨਾ ਤੇ ਬਾਪੂ ਦਾ ਕਰਜ਼ਾ ਲਾ ਕੇ ਮੈਂ ਵਾਪਸ ਚੱਲ ਜਾਣਾ ਇੱਕ ਦਿਨ ਨਹੀਂ ਰੁਕਣਾ ਇੱਥੇ ਯਾਰ ਯਾਰ ਸਾਨੂੰ ਤਾਂ ਇਹ ਨਹੀਂ ਪਤਾ ਜਿਹੜੇ ਚਿਹਰੇ ਪਿੱਛੇ ਛੱਡ ਕੇ ਆਏ ਹਾਂ ਨਾ ਜ਼ਿੰਦਗੀ 'ਚ ਕਦੀ ਵੇਖਣੇ ਵੀ ਆ ਕਿ ਨਹੀਂ